ਪੰਜਾਬ ਦੀ ਸੰਗਤ ਜਿਹੜੇ ਪੰਜਾਬ ਦੇ ਲੋਕ ਨੇ ਤੇ ਉਹ ਕਿਸਾਨ ਵੀਰ ਨੇ ਆਰਤੀ ਨੇ ਮਜ਼ਦੂਰ ਆ ਉਹ ਮਹਿਸੂਸ ਕਰ ਰਹੇ ਆ ਕਿ ਜਿਹੜਾ ਪੰਜਾਬ ਦੇ ਨਾਲ ਵਿਤਕਰਾ ਦੋਨੋਂ ਸਰਕਾਰਾਂ ਰਲ ਕੇ ਕਰ ਰਹੀਆਂ ਉਹ ਬਿਲਕੁਲ ਲੋਟੇ ਛੋੜ ਦੇ ਪਾਸ ਹੋ ਗਿਆ ਇਸ ਕਰਕੇ ਲੋਕਾਂ ਨੇ ਇਹ ਮਹਿਸੂਸ ਕੀਤਾ ਕਿ ਪੰਜਾਬ ਹਮੇਸ਼ਾ ਹੀ ਦੇਸ਼ ਦੇ ਨਾਲ ਖੜਾ ਰਿਹਾ ਤੇ ਰਹਿਣਾ ਹੈ ਤੇ ਕਿਉਂ ਇਦਾਂ ਕਰਦੇ ਕਿਉਂਕਿ ਦੂਜੇ ਸੂਬਿਆਂ ਦੇ ਵਿੱਚ ਤੁਸੀਂ ਦੇਖਿਆ ਕਿਤੇ ਰੌਲਾ ਨਹੀਂ ਕਿਤੇ ਝੋਨੇ ਦਾ ਰੌਲਾ ਨਹੀਂ ਕਿਤੇ ਖਾਦ ਦਾ ਰੌਲਾ ਨਹੀਂ ਕਿਤੇ ਨਬੀ ਦਾ ਰੌਲਾ ਨਹੀਂ ਕਿਤੇ ਦਾਣੇ ਛੋਟੇ ਭੱਜ ਦਾ ਰੌਲਾ ਨਹੀਂ ਇਕੱਲਾ ਪੰਜਾਬ ਦੇ ਵਿੱਚ ਆ ਤੇ ਇਹ ਮਹਿਸੂਸ ਕੀਤਾ ਸੰਤਾਂ ਨੇ ਸ਼੍ਰੋਮਣੀ ਅਕਾਲੀ ਦਲ ਨੇ ਆਵਾਜ਼ ਚੁਕਾਉਣ ਵਾਸਤੇ ਅੱਜ ਫੈਸਲਾ ਕੀਤਾ ਹੈ ਕਿ 5 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਰੋਸ ਧਰਨੇ ਮੁਜ਼ਾਹਰੇ ਨੇ ਉਹ ਹਲਕਾ ਵਾਈਜ ਜਾਂ ਸ਼ਹਿਰੀ ਜਥੇ ਜਿਹੜੇ ਨਾਲ ਉਹ ਵਰਕੇ ਜਿਹੜੇ ਸਾਰੇ ਕਰਮ ਅੱਜ ਜੋ ਲੋਕਾਂ ਦੀ ਆਵਾਜ਼ ਜਿਹੜੀ ਆ ਕਿਸਾਨ ਵੀਰਾਂ ਦੀ ਜਾਂ ਮਜ਼ਦੂਰਾਂ ਦੀ ਸਾਰਿਆਂ ਦੀ ਪੰਜਾਬ ਦੀ ਪੰਜਾਬੀਅਤ ਦੀ ਉਹ ਪਹੁੰਚਾਈ ਆ ਵੀ ਇਹਨਾਂ ਦਾ ਕਸੂਰ ਕੀ ਆ ਸਰਕਾਰਾਂ ਇਹਨਾਂ ਲੋਕਾਂ ਨੇ ਬਣਾਈਆਂ ਨੇ ਤੇ ਸਰਕਾਰਾਂ ਬਣਾਈ ਦੀਆਂ ਤਾਂ ਆ ਕਿ ਮਤਲਬ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਖੁਸ਼ਹਾਲੀ ਹੋਵੇ ਸ਼ਾਂਤੀ ਭਾਈਚਾਰਾ ਸਾਂਝ ਹੋਵੇ ਤੇ ਲੋਕ ਖੁਸ਼ਹਾਲ ਹੋਣ ਤੇ ਦੇਸ਼ ਦੇ ਨਾਲ ਹੋਰ ਵੀ ਚੰਗਾ ਕਿਸਾਨ ਨੂੰ ਖੜੇ ਹੋਣ ਪੰਜਾਬ ਦੇ ਨਾਲ ਖੜੇ ਹੋਣ ਇਸ ਕਰਕੇ ਪਹਿਲੀ ਵਾਰੀ ਵੇਖਿਆ ਕਿ ਪੰਜਾਬ 'ਚ ਇੰਨੀ ਨਿਕੰਮੀ ਸਰਕਾਰ ਜਿਹੜੀ ਬਣ ਗਈ ਇਹ ਸੈਂਟਰ 'ਚ ਵੀ ਜਾ ਕੇ ਆਪਣਾ ਪੱਖ ਪੇਸ਼ ਜਿਹੜਾ ਸਹੀ ਢੰਗ ਦੇ ਨਾਲ ਸਹੀ ਸਮੇਂ ਦੇ ਮੁਤਾਬਕ ਨਹੀਂ ਕਰ ਸਕੇ
ਇਸ ਕਰਕੇ ਮੈਂ ਸਮਝਦਾ ਕਿ ਇੰਨੀਆਂ ਵੱਡੀਆਂ ਪਰੇਸ਼ਾਨੀਆਂ ਹਨ ਕਾਰਨ ਕੀ ਲੱਗਦਾ ਕੀ ਕਾਰਨ ਕਿਉਂ ਉਸ ਤਰ੍ਹਾਂ ਹੋਇਆ ਕਾਰਨ ਤੁਸੀਂ ਸਾਫ ਸਮਝਦੇ ਨਹੀਂ ਲਿਖਣੋਂ ਕਿ ਭਾਵੇਂ ਸਰਕਾਰ ਹੋਵੇ ਭਾਵੇਂ ਬੰਦਾ ਹੋਵੇ ਜਦੋਂ ਉਧਰੋਂ ਨੀਤ ਸਾਫ ਨਾ ਹੋਵੇ ਉਹਨਾਂ ਚਿਰ ਗੱਲ ਨਹੀਂ ਪਾਉਂਦੀ ਜੇ ਕੰਮ ਕਰਨਾ ਹੁੰਦਾ ਹੋਵੇ ਨੀਤ ਸਾਫ ਹੋਵੇ ਤਾਂ ਪਹਿਲਾਂ ਹੀ ਸਿਰਫ ਦੋ ਮਹੀਨੇ ਮੀਟਿੰਗਾਂ ਕਰਕੇ ਤਾਲਮੇਲ ਕਰਕੇ ਮੁੱਖ ਮੰਤਰੀ ਸਾਹਿਬ ਜਾਂਦੇ ਹੋਰ ਸਾਰੇ ਜਾਂਦੇ ਇਹ ਪ੍ਰਬੰਧ ਪਹਿਲਾਂ ਕਰਨੇ ਚਾਹੀਦੇ ਸੀ ਜਦੋਂ ਕਿ ਹੁਣ ਆਣ ਕੇ ਮੌਕੇ ਦੇ ਹਿਸਾਬ ਦੇ ਨਾਲ ਹੱਥ ਪੱਲਾ ਮਾਰ ਰਹੇ ਆ ਪਰ ਉਹ ਗੱਲ ਬਣ ਨਹੀਂ ਗਈ ਡੇਢ ਦੋ ਮਹੀਨੇ ਤੋਂ ਮੰਡੀਆਂ ਦੇ ਲੋਕ ਰੋਲ ਰਹੇ ਅੱਜ ਮੇਰਾ ਹਾਲ ਹੋਰ ਸਮਾਂ ਲੱਗਣਾ ਸੈਲਰਾਂ ਦੀ ਆਪਣੀ ਪਰੇਸ਼ਾਨੀ ਉਹਨਾਂ ਦੀ ਪਰੇਸ਼ਾਨੀ ਨਾ ਸਮਝ ਨਹੀਂ ਉਹਨਾਂ ਨਾਲ ਮੀਟਿੰਗਾਂ ਲੱਗੀਆਂ ਨਹੀਂ ਉਹਨਾਂ ਦੇ ਸੈਲਰ ਅੱਗੇ ਭਰੇ ਹੋਏ ਚੌਲਾਂ ਦਾ ਮਸਲਾ ਬਣਿਆ ਬਿੱਠਾ ਉਹਨਾਂ ਦਾ ਉਹੀ ਸੈਂਟਰ ਸਰਕਾਰ ਨਾਲ ਸੰਬੰਧ ਉਹ ਲਿਫਟਿੰਗ ਦਾ ਵੀ ਇੱਥੇ ਮਸਲਾ ਬਣਿਆ ਮੰਡੀਆਂ ਦੇ ਵਿੱਚ ਅਖਬਾਰ ਲੱਗੇ ਪਏ ਮੰਡੀਆਂ ਦੇ ਵਿੱਚ ਝੋਨੇ ਦੇ ਉਹ ਵੀ ਨਹੀਂ ਚੱਕ ਰਹੇ ਇਸ ਕਰਕੇ ਕਾਫੀ ਲੰਮਾ ਚੌੜਾ ਇਹ ਕੰਮ ਸੀ ਜਿਹੜਾ ਕਿ ਦੋ ਤਿੰਨ ਮਹੀਨੇ ਪਹਿਲਾਂ ਦੀ ਤਿਆਰੀ ਜਿਹੜੀ ਉਹ ਪੰਜਾਬ ਸੈਂਟਰ ਦੇ ਨਾਲ ਤਾਲਮੇਲ ਕਰਨਾ ਹੁੰਦਾ ਜਿਸ ਤਰ੍ਹਾਂ ਪਹਿਲਾਂ ਸਾਡੇ ਸਰਕਾਰੀ ਉਹ ਮੁੱਖ ਮੰਤਰੀ ਸਾਡੇ ਸਾਬਕਾ ਮਤਲਬ ਸਾਹਿਬ ਪ੍ਰਕਾਸ਼ ਸਿੰਘ ਬਾਦਲ ਸਾਹਿਬ ਸੱਤਰ ਮਹੀਨੇ ਪਹਿਲਾਂ ਹੀ ਲਾਪੇ ਚੱਲਦੇ ਮੀਟਿੰਗਾਂ ਲਾਇਆ ਪੰਜਾਬ ਦੀਆਂ ਵੀ ਸੈਂਟਰ ਦੇ ਨਾਲ ਵੀ ਅਤੇ ਇੰਨਾ ਕਦੇ ਨਹੀਂ ਰੌਲਾ ਇਹ ਪਹਿਲੀ ਵਾਰੀ ਹੋਇਆ ਕੋਈ ਇੰਨਾ ਵੱਡਾ ਪੰਜਾਬ ਦੇ ਪੱਧਰ 'ਤੇ ਕਿਸਾਨ ਵੀ ਪਰੇਸ਼ਾਨ ਘਰਾਂ 'ਚ ਨਹੀਂ ਜਾ ਰਹੇ ਮੰਡੀਆਂ 'ਚ ਮਜ਼ਦੂਰ ਵੀ ਵਿਹਲੇ ਬੈਠੇ ਸਾਰਾ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਪਹਿਰੇ ਨਾਲ ਬਣ ਕੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਪਹਿਰੇ ਨਾਲ ਪੰਜਾਬ ਦਾ ਬਣਿਆ ਕਿ ਕੋਈ ਵੀ ਗੱਲ ਹੋਈ ਹੈ ਕੋਈ ਵੀ ਭਰੀ ਚੱਲ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਖੜਾ ਹੋਇਆ ਅੱਜ ਵੀ ਉਹਦਾ ਉਹਨਾਂ ਨੇ ਆਪਣਾ ਪਰਚਾ ਰੱਖਿਆ ਸ਼੍ਰੋਮਣੀ ਅਕਾਲੀ ਦਲ ਨੇ ਸਾਰੇ ਹੀ ਉਹਦੇ ਨਾਲ ਅੱਜ ਫਿਰ ਇਹ ਆਪਣੀ ਆਵਾਜ਼ ਜਿਹੜੀ ਹੈ ਉਹ ਜਾਗਰ ਦੇ ਰੂਪ ਦੇ ਵਿੱਚ ਰਾਹੀਂ ਐਸ ਡੀ ਐਮ ਜਾਂ ਡੀ ਸਾਹਿਬ ਦੇ ਉਹ ਗਵਰਨਰ ਸਾਹਿਬ ਨੂੰ ਜਾਏਗੀ ਅਤੇ ਗਵਰਨਰ ਸਾਹਿਬ ਦੀ ਅੱਗੇ ਸਰਕਾਰਾਂ ਨੂੰ ਜਾਏਗੀ ਅਤੇ ਲੋਕ ਪਰੇਸ਼ਾਨ ਇਹਦਾ ਸਭ ਤੋਂ ਧਿਆਨ ਸਾਰੀਆਂ ਤੇ ਪਰ ਅੱਜ ਤੁਸੀਂ ਹਾਲਾਤ ਵੇਖ ਲਓ ਕਿ ਇੱਕ ਦੇ ਵੀ ਨਹੀਂ ਦੇ ਰਹੇ ਪਈਆਂ ਦੇ ਕੀ ਦੇਣੀ ਸੀ ਇੱਕ ਦੇ ਵੀ ਨਹੀਂ ਦੇ ਰਹੇ ਉਹਨਾਂ ਨੇ ਸਰਕਾਰ ਹੀ ਪਹਿਲੀ ਗੱਲ ਤੇ ਝੂਠ ਮਾਰ ਕੇ ਬਣਾਈ ਜਦੋਂ ਜਿਹੜੇ ਝੂਠ ਤੇ ਕਿਸੇ ਦੇ ਪੈਰ ਨਾ ਹੋਣ ਤੇ ਤੁਹਾਨੂੰ ਪਤਾ ਕਿੰਨਾ ਚਿਰ ਹੋ ਲੰਘਦੇ ਝੂਠ ਮਾਰ ਕੇ ਸਾਰਾ ਕੁਝ ਕਰਦਾ ਹੀ ਆਹ ਕਰ ਦਾਂਗੇ ਜੀ ਘਰ ਅਫਸਰ ਆਇਆ ਕਰਨਗੇ ਤੁਹਾਡੇ ਘਰ 'ਚ ਗੁੱਡੇ ਟੰਗਾਇਆ ਕਰਨਗੇ ਤੁਹਾਨੂੰ ਪੁੱਛਿਆ ਕਰਨਗੇ ਤੁਹਾਨੂੰ ਕਚਹਿਰੀਆਂ 'ਚ ਜਾਣ ਦੀ ਲੋੜ ਨਹੀਂ ਦਫ਼ਤਰਾਂ 'ਚ ਲੋੜ ਨਹੀਂ ਅਤੇ ਅੱਜ ਹਾਲਾਤ ਕੀ ਹੈ ਨਾ ਦਫ਼ਤਰਾਂ 'ਚ ਲੱਭਦਾ ਕੋਈ ਤਾਂ ਨਾ ਕਚਹਿਰੀ ਲੱਭਦਾ ਹੋਰ ਕਿਸੇ ਲੱਭਦਾ ਇਸ ਕਰਕੇ ਇੱਕ ਅੱਜ ਹੁਣ ਵੀ ਮਰੀ ਜਾਂਦੇ ਅਜੇ ਵੀ ਰਹਿੰਦੇ ਵੀ ਅੱਜ ਹੁਣ ਵੀ ਬਾਬਾ ਜੋ ਕੰਮ ਕਰੀਏ ਲੋਕਾਂ ਦੇ ਜਿਹੜੇ ਲੋਕਾਂ ਨੇ ਬੜੀ ਸ਼ੌਂਕ ਦੇ ਨਾਲ ਬੜੇ ਚਾਅ ਨਾਲ ਸਰਕਾਰ 92 MLA ਕਦੇ ਵੀ ਮੇਰਾ ਹਲ ਕਿਸੇ ਪਾਰਟੀ ਦੇ ਨਹੀਂ ਬੁੜੇ ਜਿੰਨੇ ਇਹਨਾਂ ਦੇ ਬਣੇ ਸੀ ਇਸ ਕਰਕੇ ਉਹ ਗਿਆਨ ਹੀ ਮੈਂ ਸਮਝਦਾ ਕਿ ਗਿਆਨ ਪੁੜੇ ਦੇ ਵਿੱਚ ਸਾਰਾ ਕੁਝ ਹੈ ਸਾਰੀ ਸਫਾਈ ਵਿੱਚ ਅਕਾਲੀ ਦਲ ਤੇ ਮਹਿਸੂਸ ਕਰਨਾ ਹੀ ਕਰਨਾ ਪੰਜਾਬ ਦੇ ਲੋਕ ਸੰਗਤਾਂ ਨੇ ਮਹਿਸੂਸ ਕਰਨੀਆਂ ਕਿ ਇਹ ਕਿਤੇ ਭੁੱਲ ਕੇ ਉਹਨਾਂ ਮੁੜ ਕੇ ਆਉਣ ਸਰਕਾਰਾਂ ਅੱਗੇ ਇੱਥੇ ਸ਼੍ਰੋਮਣੀ ਅਕਾਲੀ ਦਲ ਦੀ ਆਉਂਦੀ ਸੀ ਜਾ ਕੇ ਕਾਂਗਰਸ ਦੀ ਆਉਂਦੀ ਤੇ ਬੜੇ ਆਰਾਮ ਨਾਲ ਕੰਮ ਚੱਲਦਾ ਵੀ ਕਮੀਆਂ ਪੇਸ਼ੀਆਂ ਰਹਿੰਦੀਆਂ ਥੋੜ੍ਹੀਆਂ ਵਧੀਆ ਇਸ ਤਰ੍ਹਾਂ ਨਹੀਂ ਕਦੇ ਹੋਇਆ ਵੀ ਜਿਸ ਤਰ੍ਹਾਂ ਆਹ ਤੂੰ ਹੁਣ ਤਾਂ ਦਿਨ ਹੀ ਸਵੇਰੇ ਹੀ ਦੁੱਟ ਸੁੱਟਿਆ ਤੂੰ ਪੋਤਾ ਹੀ ਕੋਈ ਨਹੀਂ ਕਿਹਾ ਸ਼੍ਰੋਮਣੀ ਅਕਾਲੀ ਦਲ ਦਾ ਵਰਕ ਉਹੀ ਕਰ ਰਹੇ ਨੇ ਸਾਰਾ ਉਹੀ ਕਰ ਰਹੇ ਉਹੀ ਦਾਦਾ ਸ਼੍ਰੋਮਣੀ ਕੋਰ ਕਮੇਟੀ ਦੀਆਂ ਮੀਟਿੰਗਾਂ ਵੀ ਉਹੀ ਕਰ ਰਹੇ ਨੇ ਭੁੰਡ ਸਾਹਿਬ ਦੀ ਕੋਈ ਚਲੋ ਵਰਕਰਾਂ ਤੇ ਹੋਣਾ ਆਪਾਂ ਕੀ ਕਹਿ ਸਕਦੇ ਵਰਕਰਾਂ ਨੂੰ ਉਹਦੇ ਪਹਿਲਾਂ ਜਿਹੜਾ ਐਸ ਡੀ ਗਵਾਹੀ ਹੈ ਉਹ ਭੁੰਡ ਸਾਹਿਬ ਦੀ ਲੇਕਿਨ ਕੱਲਾਂ ਨੂੰ ਲੱਗਦਾ ਕਿ ਜਿਸ ਤਰ੍ਹਾਂ ਦੀਵਾਲੀ ਦੇ ਲਾਗੇ ਕਿਸਾਨ ਖੁਸ਼ਹਾਲ ਨਜ਼ਰ ਆਉਂਦਾ ਸੀ ਮਾਰਕੀਟ ਜਿਹੜੀ ਸੀ ਪੂਰੀ ਤਰੀਕੇ ਦੇ ਨਾਲ ਨਜ਼ਰ ਆਉਂਦੀ ਸੀ ਰੰਗਲਾ ਪੰਜਾਬ ਜਿਹਾ ਸੀਗਾ ਬਣਾਉਣ ਦੀ ਗੱਲ ਕੀਤੀ ਗਈ ਲੱਗਦਾ ਹੁਣ ਜਿਹੜਾ ਹਾਲਾਤ ਜਿਹੜੇ ਨਜ਼ਰ ਆ ਰਹੇ ਨੇ ਕਿਸਾਨ ਮੰਡੀਆਂ 'ਚ ਰੁਲਦੇ ਪਏ ਨੇ ਮਾਰਕੀਟ ਦੇ ਵਿੱਚ ਸਲੰਮ ਆਇਆ ਹੋਇਆ ਲਗਾਤਾਰ ਹੀ ਤੁਸੀਂ ਸਮਝੋ ਕਿ ਦੀਵਾਲੀ ਨੇ ਤਾਂ ਹੀ ਫੱਪਣੀ ਸੀ ਪੂਰੀ ਜਿੰਨਾ ਜਦੋਂ ਕਿਸਾਨ ਵੀ ਵਿਹਲਾ ਹੁੰਦਾ ਮਜ਼ਦੂਰ ਹੀ ਵਿਹਲਾ ਹੁੰਦਾ ਉਹ ਬਾਜ਼ਾਰਾਂ 'ਚ ਆਉਂਦਾ ਬਾਜ਼ਾਰਾਂ 'ਚ ਆਣ ਕੇ ਆਪਣਾ ਕਾਰੋ ਆਪਣਾ ਖਰੀਦੋ ਫਰੋ ਕਰਦਾ ਵੀ ਆਪਣੇ ਰਸਮ ਰਿਵਾਜ ਦੇ ਜਿਹੜੇ ਸਿਸਟਮ ਚੱਲਦੇ ਨੇ ਉਹ ਕਰਦੇ ਅਤੇ ਜਦੋਂ ਆਹ ਮੰਡੀਆਂ 'ਚ ਜਿਹੜੇ ਰੁਲਦੇ ਉਹਨਾਂ ਨੂੰ ਦੀਵਾਲੀ ਨਾਲ ਉਹਨਾਂ ਦਾ ਉਹਨਾਂ ਨੇ ਭਾਰੀ ਦੀਵਾਲੀ ਆਈ ਤੇ ਨਹੀਂ ਆਈ ਉਹ ਤੇ ਮਤਲਬ ਵਿਚਾਰੇ ਉੱਥੇ ਬੈਠੇ ਅਜਨਾਲਾ ਅਜਨਾਲੇ ਵਾਲੇ ਕਰਨਗੇ ਜਿਸ ਤਰ੍ਹਾਂ ਲੋਕੋਗੇ ਲੋਕੋ ਆਪਣੇ ਕਰਨਗੇ ਸਾਰੇ ਫੈਸਲਾ ਹੀ ਹੈ।
ਇਸ ਤਰ੍ਹਾਂ ਜਲੰਧਰ ਜਿਸਦਾ ਸੌਰੀ ਬਾਕੀ ਜਿਮਨੀ ਚੋਣਾਂ ਦਾ ਜਿਹੜਾ ਤੁਸੀਂ ਬਾਈਕਾਟ ਕੀਤਾ ਹੋਇਆ ਤੇ ਅਸੀਂ ਚੋਣਾਂ ਨਹੀਂ ਲੜਾਂਗੇ ਲੱਗਦਾ ਜਿਹੜਾ ਪੱਕਾ ਵਰਕਰ ਸੀ ਅਕਾਲੀ ਦਲ ਦਾ ਉਹ ਕਿਤੇ ਨਿਰਾਸ਼ ਹੋਏਗਾ ਫਿਰ ਉਹ ਜਿਹੜਾ ਵਰਕਰ ਸੀ ਉਹ ਕਿੱਥੇ ਖੜੋ ਵੀ ਜਾ ਚੱਲੇ ਵਰਕਰ ਤੁਹਾਨੂੰ ਪਤਾ ਹੀ ਹੈ ਸਾਰੀਆਂ ਉਹ ਆਪਾਂ ਪੱਖ ਨਾ ਹੀ ਛੱਡੀਏ ਉਹ ਸਾਡਾ ਮਸਲਾ ਆਪਣਾ ਧਾਰਮਿਕ ਤੌਰ ਤੇ ਚੱਲਣ ਰਿਹਾ ਉਹ ਜਿੰਨਾ ਚਿਰ ਉੱਪਰ ਕਲੀਅਰ ਨਹੀਂ ਹੁੰਦਾ ਉਹਨਾਂ ਤੇ ਬਖਸ਼ਣਾ ਚਾਹੁੰਦੀਆਂ ਜਾਂਦੀਆਂ ਰਹਿਣੀਆਂ ਸਾਰਾ ਕੁਝ ਲੇਕਿਨ ਸ਼ਹਿਰੀ ਆ ਜਿਹੜਾ ਜ਼ਰੂਰੀ ਹੈ ਜਿਹੜਾ ਹਾਂਜੀ ਸ਼ਹਿਰੀ ਅਕਾਲੀ ਨਜ਼ਰ ਨਹੀਂ ਆਏ ਜੋਸ਼ੀ ਸਾਹਿਬ ਸੀਗੇ ਉਹ ਵੀ ਆ ਸਕਦੇ ਸੀਗੇ ਆਪਣੇ ਆਪ ਨੂੰ ਜੋ ਸਾਹਿਬ ਬਾਅਦ ਨੇ ਮੈਂ ਕੀਤੀ ਗੱਲ ਮਤਲਬ ਇਹਨਾਂ ਦੇ ਮੁੰਡੇ ਨਾਲ ਗੱਲ ਹੋਈ ਉਹ ਵੀ ਬਾਅਦ ਆਪਣੇ ਕਿੱਥੇ ਨੇ ਇਹ ਤਾਂ ਉਹਨੇ ਸਾਰੇ ਹੋਣੇ ਅਕਾਲੀ ਦਲ ਵੱਲੋਂ ਜੀ ਮੰਗ ਪੱਤਰ ਦਿੱਤਾ ਗਿਆ ਬੀਂਗ ਨਾਟ ਸੈਟੀਸਫਾਈਡ ਵਿਦ ਦੀ ਪ੍ਰੋਵੀਜ਼ਨ ਇਨ ਦੀ ਮੰਡੀਜ਼ ਤੇ ਮੰਡੀ ਦੇ ਜਿਹੜਾ ਝੋਨੇ ਦਾ ਸੀਜ਼ਨ ਚੱਲ ਰਿਹਾ ਉਹਦੇ ਰਿਗਾਰਡਿੰਗ ਸੋ ਜਿਹੜੇ ਵੀ ਇਹਨਾਂ ਦੇ ਮੈਮੋਰੈਂਡਮ ਹੈਗਾ ਇਹਨੂੰ ਥਰੂ ਪ੍ਰੋਪਰ ਚੈਨਲ ਅਸੀਂ ਗਵਰਨਮੈਂਟ ਤੱਕ ਭੇਜ ਦਾਂਗੇ ਸਰ ਕੀ ਲਿਖਿਆ ਕੀ ਹੈ ਇਹਦੇ ਚ ਵੇਰੀਅਸ ਉਹਨਾਂ ਦੀਆਂ ਡਿਮਾਂਡਸ ਨੇ ਜੀ ਵੀ ਜੋ ਮੰਡੀ ਦੇ ਵਿੱਚ ਪ੍ਰਬੰਧਾਂ ਨੂੰ ਲੈ ਕੇ ਜਾਂ ਜੋ ਪਾਲਿਸੀ ਹੈਗੀ ਹੈ ਪ੍ਰੋਕਿਓਰਮੈਂਟ ਦੀ ਉਹਨੂੰ ਲੈ ਕੇ ਦੀ ਬੇਸਿਕ ਮੈਮੋਰੈਂਡਮ ਇਜ਼ ਐਡਰੈਸ ਟੂ ਦੀ ਗਵਰਨਰ ਆਫ ਪੰਜਾਬ ਐਂਡ ਉਹ ਹੀ ਇਸ ਦੇ ਅੱਗੇ ਕਾਰਵਾਈ ਕਰ ਰਿਹਾ ਥੈਂਕ ਯੂ ਥੈਂਕ ਯੂ